ਤਰਨਤਾਰਨ ਚ ਬਾਲ ਸੜਕ ਦੇ ਵਿਚਕਾਰ ਹੋਏ ਰੋਡ ਐਕਸੀਡੈਂਟ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ। ਦਰਅਸਲ ਇੱਕ ਕਾਰ ਦੇ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ਦੇ ਉੱਤੇ ਮੌਤ ਹੋ ਗਈ। ਪਰ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਹ ਮੌਕੇ ਦੇ ਉੱਤੇ ਪਹੁੰਚੇ ਅਤੇ ਕਾਰ ਚਾਲਕ ਨੂੰ ਫੜ ਲਿਆ, ਜਿਸ ਤੋਂ ਬਾਅਦ ਕਾਰ ਚਾਲਕ ਦੇ ਵੱਲੋਂ ਆਪਣੇ ਦੋਸਤ ਨੂੰ ਫੋਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਜਦੋਂ ਉਸ ਦਾ ਦੋਸਤ ਮੌਕੇ ਦੇ ਉੱਤੇ ਪਹੁੰਚਿਆ ਤਾਂ ਉਹਨਾਂ ਨੇ ਮ੍ਰਿਤਕ ਮੋਟਰਸਾਈਕਲ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਤਾਂ ਕਿਸੇ ਦੇ ਨਹੀਂ ਲੱਗੀ, ਪਰ ਪਿੰਡ ਵਾਲਿਆਂ ਦੇ ਵੱਲੋਂ ਕਾਰ ਚਾਲਕ ਅਤੇ ਉਸ ਦੇ ਦੋਸਤ ਨੂੰ ਫੜ ਲਿਆ ਗਿਆ ਅਤੇ ਉਹਨਾਂ ਦੀ ਚੰਗੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਨੂੰ ਫੜਾ ਦਿੱਤਾ ਗਿਆ। ਪਰ ਪੁਲਿਸ ਦੇ ਵੱਲੋਂ ਕੋਈ ਖਾਸ ਕਾਰਵਾਈ ਨਾ ਕਰਦੇ ਵੇਖ ਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਅਤੇ ਜਦੋਂ ਪੁਲਿਸ ਦੇ ਵੱਲੋਂ ਇਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ, ਉਸ ਤੋਂ ਬਾਅਦ ਹੀ ਧਰਨਾ ਚੁੱਕਿਆ ਗਿਆ। ਰਵਿੰਦਰ ਸਿੰਘ ਮੇਰਾ ਨਾਮ ਹੈ ਜੀ, ਪਿੰਡ ਮੇਰਾ ਕੈਰੋਵਾਲ, ਮੇਰੇ ਚਾਚੇ ਦਾ ਮੁੰਡਾ ਜੀ, ਇਹ ਤੇਲ ਲੈਣ ਜਾ ਰਹੇ, ਮਤਲਬ ਮਟਰ ਇਹਨਾਂ ਨੇ ਲਾਏ ਆ ਤੇ ਤੇਲ ਲੈਣ ਚੱਲੇ ਦੋਵੇਂ ਪਿਓ ਪਤਾ। ਇਹ ਬੰਦੇ ਨੇ ਕੀ ਕੀਤਾ ਵੀ ਗੱਡੀ ਦੇ ਵਿੱਚ ਇੱਕ ਕੱਲਾ ਜਣਾ ਸੀ, ਠੀਕ ਹੈ ਜੀ, ਤੇ ਇਹਨਾਂ ਮਗਰੋਂ ਲਿਆ ਕੇ ਗੱਡੀ ਮਾਰ ਕੇ ਤੇ ਘੱਟ ਤੋਂ ਘੱਟ ਵੀ 70 ਫੁੱਟ ਗੱਡੀ ਅੱਗੇ ਵੱਲ ਨੇ ਪਾ ਕੇ ਤੇ ਧੂਈ ਗਈ ਆ, ਠੀਕ ਹੈ ਜੀ। ਜਦੋਂ ਗੱਡੀ ਖਿਲਾਰੀ ਆ, ਗੱਡੀ ਆਪਣੇ ਆਪ ਹੀ ਬੰਦ ਹੋਈ, ਇਹਨੇ ਬੰਦ ਨਹੀਂ ਕੀਤੀ, ਗੱਡੀ ਆਪਣੇ ਆਪ ਬੰਦ ਹੋ ਗਈ ਆ। ਜਦੋਂ ਗੱਡੀ ਬੰਦ ਹੋ ਗਿਆ, ਮੁੜ ਕੇ ਬਾਹਰ ਨਿਕਲਿਆ ਦੂਜਾ ਬੰਦਾ ਜਿਹੜਾ ਬੋਲ ਰਿਹਾ ਚਿੱਟੇ ਸੂਟ ਵਾਲਾ, ਠੀਕ ਹੈ ਜੀ, ਬੋਲ ਕੇ ਇਹਨੇ ਪਿਸਟਲ ਕੱਢਿਆ, 2 ਗੋਲੀਆਂ ਚਲਾਈਆਂ, 1 ਗੋਲੀ ਚੱਲੀ ਆ ਤੇ 1 ਥੱਲੇ ਸਾਨੂੰ ਬਰਾਮਦ ਮਿਲਿਆ ਵਾ ਛਿੱਕਾ, ਉਹ ਮਿਲਿਆ ਉਹ ਅਸੀਂ ਥਾਣੇਦਾਰ ਸਾਹਿਬ ਨੂੰ ਫੜਾ ਤਾ। ਬੇਸ਼ੱਕ ਤੁਸੀਂ ਇਹ ਜਾਂਚ ਕਰ ਸਕਦੇ ਜੀ ਵੀ ਇਹਨੇ ਬੰਦੇ ਨੇ ਗੋਲੀ ਚਲਾਈ ਆ ਕਿ ਨਹੀਂ ਚਲਾਈ। 2 ਸਾਲ ਹੋ ਗਿਆ ਇਹਨੂੰ ਜੇਲ੍ਹ ਕੱਟ ਕੇ ਆਏ ਨੂੰ, ਸਿਰਫ ਦਲਬਾਗ ਸਿੰਘ ਦੀ ਤੇ ਜਿਹੜਾ ਉਹਨਾਂ ਦਾ ਬੇਟਾ ਵਾ ਉਹ ਦਾਖਲ ਕਰਾ ਗਿਆ ਸੁਖਮਨ ਹਸਪਤਾਲ ਦੇ ਵਿੱਚ, ਉਹ ਜ਼ਖਮੀ ਆ, ਉਹਨਾਂ ਦੇ ਸੱਟਾਂ ਲੱਗੀਆਂ ਵਾ ਲੇਕਿਨ ਉਹ ਹੈਗਾ ਵਾ ਹਸਪਤਾਲ ਦੇ ਵਿੱਚ ਦਾਖਲ। ਮੈਂ ਤੇ ਇਹ ਮੰਗ ਕਰਨੀ ਚਾਹੁੰਦਾ ਵਾ ਵੀ ਇਹਨਾਂ ਦੇ ਪਰਚਾ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਜਿਹੜਾ ਨਿਹੱਕ ਹੋਇਆ ਵਾ ਇਹ ਸਾਨੂੰ ਹੱਕ ਮਿਲਣਾ ਚਾਹੀਦਾ ਵਾ, ਜਿੰਨਾ ਚਿਰ ਸਾਨੂੰ ਹੱਕ ਨਹੀਂ ਮਿਲਦਾ ਅਸੀਂ ਉਹਨਾਂ ਚਿਰ ਭਾਵੇਂ ਸਾਨੂੰ ਜੋ ਮਰਜ਼ੀ ਹੋ ਜੇ ਪਰ ਅਸੀਂ ਇੱਥੇ ਧਰਨਾ ਲਾਉਣਾ ਸਾਰੀ ਰਾਤ ਆ। ਜੇ ਨਾ ਸਾਡੀ ਕੋਈ ਹੱਲ ਹੋਇਆ ਤੇ ਅਸੀਂ ਜੋ ਵੀ ਹੋਇਆ ਸਾਡੇ ਕੋਲ ਹੀ ਕਰਾਂਗੇ। ਅਸੀਂ ਤੇ ਫਿਰ ਮੋਟਰਸਾਈਕਲ ਤੇ ਸੁਭਾਸ਼ ਸੈਂਟਰ ਵੱਲੋਂ ਆ ਰਹੇ ਸੀ, ਇਹ ਪਿੰਡ ਕੈਰੋਵਾਲ ਦੇ ਲਾਗੇ ਜਿਹੜਾ ਵਾ, ਇੱਕ ਪਿੱਛੋਂ ਇੱਕ ਇੰਡੀਕੋ ਗੱਡੀ ਤੇ ਬੱਬਲੂ ਨਾਂ ਦਾ ਵਿਅਕਤੀ ਜਿਹੜਾ ਪਿੰਡ ਰਹਿੰਦਾ ਸੀਗਾ ਇੰਡੀਕਾ ਗੱਡੀ ਦੇ ਤੇਜ਼ ਰਫ਼ਤਾਰ ਦਾ ਪਿੱਛੋਂ ਆ ਰਿਹਾ ਸੀ, ਪਿੱਛੋਂ ਲਿਆ ਕੇ ਆ ਕੇ ਉਹਨਾਂ ਦੇ ਪਿੱਛੋਂ ਮੋਟਰਸਾਈਕਲ ਚਲਾਏ ਆ। ਇਹਨਾਂ ਨੂੰ ਦਲਬਾਗ ਸਿੰਘ ਜਿਹੜੀ ਆ ਮੌਕੇ ਦੇ ਉੱਪਰ ਹੋ ਗਈ ਅਤੇ ਜਿਹੜਾ ਉਹਦਾ ਲੜਕਾ ਜਿਹੜਾ ਪਿੰਡਾ ਜਿਹੜਾ ਵਾ ਉਹਦੇ ਜ਼ਖਮੀ ਹੋ ਗਿਆ। ਜਿਸ ਨੇ ਤੇਜ਼ ਰਫ਼ਤਾਰ ਨਾਲ ਆਉਂਦੇ ਹੁੰਦੇ ਲਾਗੇ ਹੋਰ ਫੁਲਿੰਦਰ ਸਿੰਘ ਵਸੀ ਪਿੰਡ ਡੋਰੀ ਸਿੱਧਵਾਂ ਦਾ, ਉਹ ਤੇ ਮੋਟਰਸਾਈਕਲ 'ਚ ਵੀ ਮਾਰਿਆ, ਉਹ ਵੀ ਇੰਜਰਡ ਰਿਹਾ ਇਹਦੇ 'ਚ। ਸਰ ਇਹ ਜੀ ਇਹ ਬਾਅਦ ਵਿੱਚ ਜਿਹੜਾ ਵਾ ਇਹ ਡਰਾਈਵਰ ਡਰਾਈਵ ਭੱਜ ਗਿਆ ਜੀ, ਅਤੇ ਇਹ ਨਾਲ ਨਾਲ ਲੈ ਕੇ ਹੀਰਾ ਸਿੰਘ ਆਪਣੇ ਪਿੰਡ ਠੱਗੂ ਦਾ ਉਹਨੂੰ ਨਾਲ ਲੈ ਕੇ ਨਾਲ ਬਹੁਤ ਸਾਥੀਆਂ ਨਾਲ ਉੱਥੇ ਆਇਆ ਉੱਥੇ ਨਾਲ ਜਿਹਨਾਂ ਦੀ ਉੱਥੇ ਇਹਨਾਂ ਦੀ ਕੁਛ ਨਾ ਹੋਈ ਅਤੇ ਇਹਨਾਂ ਨੇ ਵਾਰਥਾਂ ਦੇ ਇਹ ਮ੍ਰਿਤਕ ਦੇ ਵਾਰਥਾਂ ਨਾਲ ਅਤੇ ਇਹਨਾਂ ਨੇ ਉਹਨਾਂ ਨੂੰ ਸਰ ਕੀ ਧਰਨਾ ਹੁਣ ਚੁੱਕ ਦਿੱਤਾ ਗਿਆ?
ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।